लर्न पंजाबी विद जगजीत सर। इस चैनल विच आप सब दा एक बार फिर स्वागत है। इस तो पहला वीडियो आप जी देखो, मैं आपनूं बेनती करदा हाँ कि नवीं वीडियो समय सिर प्राप्त कर ली साडे चैनल नूं सबसक्राइब करो, नाल ही बैल आइकॉन दे बटन नूं दबाओ। जेकर वीडियो आपनूं पसंद आए तो लाइक करो, इस वीडियो नूं होरां नाल वध तों वध शेयर करो। लर्न पंजाबी विद जगजीत सर, इस चैनल ते सारे विद्यार्थियों का विशेषकर दसवीं जमात के विद्यार्थियों का असं स्वागत करते हैं। अज असी साहित्य किरणा विचों एक चैप्टर एक पाठ लैन जा रहे हैं, जिहड़े कि संस्मरण है या यादा ने प्रीतम रूपाल दियाँ। प्रीतम रूपाल एक गाइड है, इंस्ट्रक्टर है, जो कि माउंटेन ट्रैकिंग दे एक्सपेडिशन चलाते हैं, माउंटेन ट्रैकिंग दे कोर्स करवाते हैं। तो इन्होंने अपनिया कुछ यादा नू इस चैप्टर विच लिया है और यह जो चैप्टर है इस 2019-20 दे सिलेबस विच दोबारा ऐड होया है। इस करके असी इस दी नवें सिरों वीडियो पा रहे हैं, आस है आप जी ने जरूर पसंद आएगी। वीडियो पाउण तो पहला वीडियो दी जिहड़ी इंट्रोडक्शन है साडी, भी पछों दीआं पैण कणियां ऐ इस दा सिरलेख है। पछों दा मतलब है वैस्टर्लीज, पछों यानी वैस्टर्न संसार दे भूभाग ते, संसार दे भूभाग ते कुछ स्थाई विंडस यानी पवना हवावां चलदियां ने, जिहड़ियां कि खास दिशा विच खास मौसम च चलदियां ने। ते हिंदुस्तान जदों ठंडा मौसम हुंदा यानी बरसातां दे दौरान दा वी मौसम हुंदा है, उदों जिहड़ी हवा पछम दी दिशा वल जांदी है, जिहड़ी हवा पछम दी दिशा वल हुंदी है, उस नूं असीं पछो पवना कहिंदे आ। इक जिहड़ियां ने ਉਹ ਲੂ ਚਲਦੀ ਹੈ ਗਰਮੀ ਦੇ ਦਿਨਾਂ ਵਿੱਚ ਬਹੁਤ, ਜਿਹੜਾ ਜਿਹੜੀ ਲੂ ਚਲਦੀ ਹੈ ਉਹ ਜਿਹੜੀ ਦੂਜੀ ਪੱਛੋਂ ਦੀ ਪਵਨ ਹੈ ਉਹ ਹਮੇਸ਼ਾ ਠੰਡੀ ਹੁੰਦੀ ਹੈ। ਇਸ ਕਰਕੇ ਇਸ ਮੌਸਮ ਜਦੋਂ ਪੱਛੋਂ ਦੀਆਂ ਹਵਾ ਚੱਲਦੀਆਂ ਨੇ ਉਸ ਕਰਕੇ ਬਰਸਾਤ ਦਾ ਮੌਸਮ ਹੈ, ਔਰ ਬਰਸਾਤ ਦੇ ਮੌਸਮ ਵਿੱਚ ਪੱਛੋਂ ਦੀ ਠੰਡ ਦੇ ਵਿੱਚ ਮਾਊਂਟੇਨ ਟਰੈਕਿੰਗ ਕਰ ਰਹੇ ਲੋਕਾਂ ਦਾ ਜੋ ਸਮੂਹ ਹੈ, ਜੋ ਗਰੁੱਪ ਹੈ, ਉਹ ਪ੍ਰੀਤਮ ਰੂਪਾਲ ਦੀ ਅਗਵਾਈ ਵਿੱਚ ਇੱਕ ਇਲਾਕੇ ਤੋਂ ਗੁਜ਼ਰ ਰਿਹਾ ਹੈ। ਉੱਤਰਾਂਚਲ ਦੇ ਇੱਕ ਇਲਾਕੇ ਵਿੱਚੋਂ, ਉੱਤਰਾਖੰਡ ਦੇ ਇੱਕ ਇਲਾਕੇ ਵਿੱਚੋਂ ਗੁਜ਼ਰ ਰਿਹਾ, ਜਿਸ ਦੀਆਂ ਸਾਰੀਆਂ ਗੱਲਾਂ, ਸਾਰੀਆਂ ਯਾਦਾਂ, ਸਾਰੇ ਸੰਸਮਰਣ ਇੱਕ ਇੱਕ ਕਰਕੇ ਬੜੇ ਰੋਚਕ ਤਰੀਕੇ ਨਾਲ ਪ੍ਰੀਤਮ ਰੂਪਾਲ ਆਪਣੇ ਇਸ ਲੇਖ ਵਿੱਚ ਲਿਖਦਾ ਹੈ। ਆਓ ਇਸਦਾ ਮੂਲ ਟੈਕਸ ਪੜ੍ਹਦੇ ਹਾਂ ਔਰ ਸੁਣਦੇ ਹਾਂ। ਸਲੇਟੀ ਰੰਗ ਦੇ ਯਾਨੀ ਗ੍ਰੇ ਰੰਗ ਦੇ, ਸਲੇਟੀ ਰੰਗ ਦੇ ਵੱਡੇ ਭਾਰੇ ਪੱਥਰਾਂ ਵਿਚਕਾਰ ਬਣੀਆਂ ਪਗਡੰਡੀਆਂ ਯਾਨੀ ਵੇਜ਼ ਨੂੰ ਪਾਰ ਕਰਦਿਆਂ ਸਾਡਾ ਕਾਫਿਲਾ ਆਪਣੀ ਮੰਜ਼ਿਲ ਵੱਲ ਵੱਧ, ਇਹ ਸਾਰਾ ਪੈਦਲ ਰਸਤਾ ਹੈ, ਟਰੈਕਿੰਗ ਕਰ ਰਹੇ ਮੁੰਡੇ ਕੁੜੀਆਂ ਸਾਰੇ ਮਿਲ ਕੇ ਆਪਣੇ ਗਰੁੱਪ ਦੇ ਨਾਲ, ਉਸ ਜੰਗਲ ਦੇ ਇਲਾਕੇ ਪਹਾੜੀ ਇਲਾਕੇ ਵਿੱਚੋਂ ਪੈਦਲ ਪੈਦਲ ਲੰਘ ਰਹੇ ਨੇ, ਉਹ ਟਰੈਕਿੰਗ ਦਾ ਜਿਹੜਾ ਨਾ ਰਸਤਾ ਹੈ। ਕਈ ਕੁੜੀਆਂ ਦੀ ਕੋਹ ਨਾ ਚੱਲੀ ਬਾਬਾ ਤਿਹਾਈ, ਯਾਨੀ ਇੱਕ ਮੁਹਾਵਰਾ ਪੰਜਾਬੀ ਦਾ ਨਹੀਂ, ਅਖਾਣ ਹੈ, ਜਿਸ ਵਿੱਚ ਮਾੜਾ ਜਿਹਾ ਕੰਮ ਕਰਕੇ ਥੱਕ ਜਾਣਾ, ਸ਼ੁਰੂਆਤ ਕਰਦੇ ਹੀ ਥੱਕ ਜਾਣਾ, ਇਸ ਅਖਾਣ ਨੂੰ ਵਰਤਿਆ। ਕੋਹ ਨਾ ਚੱਲੀ ਯਾਨੀ ਕਿਲੋਮੀਟਰ ਵੀ ਨਹੀਂ ਚੱਲੀ ਅਤੇ ਕਹਿੰਦੇ ਬਾਬਾ ਜੀ ਮੈਂ ਪਿਆਸੀ ਹਾਂ, ਅਤੇ ਇਸ ਤਰ੍ਹਾਂ ਦੀ ਹਾਲਤ ਕਈ ਕੁੜੀਆਂ ਦੀ ਬਣ ਗਈ। ਪਰ ਅਸੀਂ ਤਾਂ ਕਈ ਕੋਹਾਂ ਦਾ ਪੈਂਡਾ ਤੈਅ ਕਰ ਆਏ ਸਾਂ, ਕਿਤਨੇ ਕਿਲੋਮੀਟਰ ਲਗਾਤਾਰ ਚੱਲ ਕੇ ਸਵੇਰੇ ਤੋਂ, ਜਦੋਂ ਕੁੜੀਆਂ ਥੱਕ ਜਾਂਦੀਆਂ ਉਹ ਆਰਾਮ ਕਰਨ ਲਈ ਨਹੀਂ ਸੀ ਕਹਿੰਦੀਆਂ, ਉਹਨਾਂ ਦਾ ਇੱਕ ਫਾਰਮੂਲਾ ਲੱਭਿਆ ਸੀ, ਉਹ ਕਹਿੰਦੀਆਂ ਨਹੀਂ ਸੀ ਮੈਨੂੰ ਥਕਾਵਟ ਹੋਈ ਹੈ ਮੈਂ ਆਰਾਮ ਕਰਾਂ, ਉਹ ਕਹਿੰਦੀਆਂ ਸੀ ਥੋੜ੍ਹੇ ਜਿਹੇ ਟਰੈਕ ਚੜ ਕੇ ਪੁੱਛਦੀਆਂ ਸੀ, ਸਰ ਸੋਲਾਂਗ ਨਾਲਾ ਜੇ ਕਿੰਨੀ ਕੁ ਦੂਰ ਹੈ, ਉਹ ਪੁੱਛਦੀਆਂ ਸੀ ਵੀ ਕਿੰਨੀ ਦੂਰ ਹੈ। ਮੈਂ ਝੂਠੀ ਮੂਠੀ ਕਹਿੰਦਾ ਬਸ 10 ਕੁ ਮਿੰਟ ਦਾ ਟਰੈਕ ਹੈ, ਫਿਰ ਤਾਂ ਪਹੁੰਚ ਗਏ, ਬਸ 10 ਮਿੰਟ ਇੱਥੇ ਹੀ ਸਾਹ ਲਈ। ਇਸ ਤਰ੍ਹਾਂ ਕੁੜੀਆਂ ਨੇ ਇੱਕ ਜਿਹੜਾ ਬਹਾਨਾ ਬਣਾਇਆ, ਉਹ ਘੜੀ ਮੁੜੀ ਸਾਹ ਲੈਣ ਲਈ, ਥਕਾਵਟ ਦੂਰ ਕਰਨ ਲਈ ਉਸ ਰਸਤੇ 'ਤੇ ਖੜੀਆਂ ਹੋ ਜਾਂਦੀਆਂ ਨੇ। ਮੈਂ ਉਹਨਾਂ ਨੂੰ 5 ਕੁ ਮਿੰਟਾਂ ਦਾ ਸਮਾਂ ਆਰਾਮ ਕਰਨ ਲਈ ਦੇ ਦਿੰਦਾ ਹਰ ਵਾਰ। ਇਸ ਤਰ੍ਹਾਂ ਕਰਦੇ ਕਰਾਉਂਦੇ ਲੁਧਿਆਣੇ ਜ਼ਿਲ੍ਹੇ ਦਾ ਅੱਧਿਓਂ ਵੱਧ ਗਰੁੱਪ ਸਾਰਿਆਂ ਨਾਲੋਂ ਪਛੜ ਗਿਆ, ਜਿਹੜਾ ਲੁਧਿਆਣੇ ਵਾਲੀਆਂ ਕੁੜੀਆਂ ਜਿਹੜੇ ਵਾਰ ਵਾਰ ਆਰਾਮ ਕਰਨੀਆਂ ਚਾਹੁੰਦੀਆਂ ਸੀ ਨਾ, ਉਹ ਆਰਾਮ ਕਰਦਿਆਂ ਕਰਦਿਆਂ 5-5, 10-10 ਮਿੰਟ ਲਗਾ ਕੇ ਬਾਕੀ ਗਰੁੱਪ ਜਿਹੜਾ ਟਰੈਕਿੰਗ ਵਾਲਾ ਅੱਗੇ ਨਿਕਲ ਗਿਆ, ਉਹ ਕੁੜੀਆਂ ਪਛੜ ਗਈਆਂ। ਬਠਿੰਡੇ ਜ਼ਿਲ੍ਹਿਆਂ ਦੀਆਂ ਉਹੀ ਕੁੜੀਆਂ ਪਿੱਛੇ ਰਹਿ ਗਈਆਂ ਜੋ ਮੇਰੇ ਨਾਲ ਗੱਲਾਂ ਕਰਨ ਵਿੱਚ ਰੁੱਝੀਆਂ ਹੋਈਆਂ ਸਨ, ਜਾਂ ਜਿਹਨਾਂ ਨਾਲ ਮੇਰੇ ਪਹਿਲਾਂ ਤੋਂ ਪਰਿਵਾਰਕ ਸਾਂਝ ਸੀ, ਜੋ ਇਸ ਦੀਆਂ ਜਾਣ ਪਛਾਣ ਦੀਆਂ ਸੰਬੰਧੀਆਂ ਵਿੱਚ ਰਿਸ਼ਤੇਦਾਰਾਂ ਦੀਆਂ ਕੁੜੀਆਂ ਸੀ ਜਾਂ ਜਾਣਕਾਰਾਂ ਦੀਆਂ ਕੁੜੀਆਂ ਸੀ, ਉਹ ਗੱਲਾਂ ਕਰਦੇ ਕਰਦੇ ਇਸ ਗਰੁੱਪ ਨਾਲ ਪਿੱਛੇ ਰਹਿੰਦੀਆਂ ਗਈਆਂ, ਬਾਕੀ ਜੋ ਟਰੈਕਰ ਸੀ ਉਹ ਸਾਰੇ ਅੱਗੇ ਨਿਕਲਦੇ ਗਏ। ਲੁਧਿਆਣੇ ਦੀਆਂ ਕੁੜੀਆਂ ਨੇ ਟਰੈਕ ਭੁੱਲਣ ਵਾਲੀ ਗੱਲ ਫਿਰ ਚੇਤੇ ਕਰਾਈ ਸੀ, ਉਹ ਇੱਕ ਜਗ੍ਹਾ 'ਤੇ ਉਹ ਇਸ ਗੱਲੋਂ ਦੁਖੀ ਸੀ ਕਿ ਟਰੈਕ ਭੁੱਲਣ, ਯਾਨੀ ਰਸਤੇ ਦੀ ਨਿਸ਼ਾਨਦੇਹੀ, ਜਦੋਂ ਟਰੈਕਿੰਗ ਕਰਨ ਵਾਲੇ ਟਰੈਕਿੰਗ 'ਤੇ ਜਾਂਦੇ ਹੈ ਅਤੇ ਉਹਨਾਂ ਨੂੰ ਐਡਵਾਂਸ ਪਾਰਟੀ ਦੇ ਵੱਲੋਂ ਕੁਝ ਟਰੈਕਿੰਗ ਦੇ ਮਾਰਕ ਲਗਾ ਜਾਂਦੇ ਵੀ ਇਸ ਟਰੈਕਿੰਗ ਦੇ ਰਸਤੇ ਤੁਸੀਂ ਜਾਣਾ ਹੈ ਔਰ 9 ਵਜੇ 9 ਜਗ੍ਹਾ ਇਸ ਜਗ੍ਹਾ ਪਹੁੰਚਣਾ ਹੈ, ਉਹ ਸਾਰੀ ਗੱਲ ਪਹਿਲੇ ਮਿੱਥੀ ਹੁੰਦੀ ਹੈ, ਪਰ ਕੁੜੀਆਂ ਨੂੰ ਉਹ ਟਰੈਕ ਹੀ ਭੁੱਲ ਗਿਆ, ਉਹ ਰਾਹ ਹੀ ਭੁੱਲ ਗਈਆਂ, ਇਸ ਕਰਕੇ 3-4 ਕਿਲੋਮੀਟਰ ਵਾਧੂ ਟਰੈਕਿੰਗ ਕਰਨੀ ਪਈ। ਇਸ ਗੱਲ ਨੂੰ ਉਹ ਸ਼ਿਕਾਇਤ ਕਰਦੀਆਂ ਮੈਨੂੰ, ਫਿਰ ਜਿਹੜਾ ਪ੍ਰੀਤਮ ਰੂਪਾਲ ਹੈ ਆਪਣੀ ਉਹ ਗੱਲ ਯਾਦ ਕਰਾਉਂਦਾ ਇੱਕ ਪੁਰਾਣੀ ਆਪਣੀ ਟਰੈਕਿੰਗ ਦੀ, ਮੈਨੂੰ ਆਪਣੀ ਨੈਸ਼ਨਲ ਹਿਮਾਲੀਅਨ ਟਰੈਕਿੰਗ ਐਕਸਪੀਡੀਸ਼ਨ ਚੇਤੇ ਆ ਗਈ, ਜਦ ਸਾਨੂੰ ਖਾਉਲੀ ਦਰਰਾ ਯਾਨੀ ਪਾਸ, ਉਹਨੂੰ ਕਹਿੰਦੇ ਹੈ,
ਪਹਾੜਾਂ ਵਿੱਚ ਕੁਦਰਤ ਵੱਲੋਂ ਕੁਝ ਸੜਕਾਂ ਨੈਚੁਰਲ ਬਣੀਆਂ ਹੁੰਦੀਆਂ, ਜਿਨ੍ਹਾਂ ਤੋਂ ਜਿਹੜੇ ਲੋਕ ਹੈ ਨਾ ਉਹ ਪੈਦਲ ਥੱਲੋਂ ਥੱਲੋਂ ਜ਼ਮੀਨ ਤੋਂ ਪਾਰ ਕਰ, ਉਹਨਾਂ ਨੂੰ ਪਹਾੜ ਨਹੀਂ ਚੜ੍ਹਨੇ ਪੈਂਦੇ, ਅਤੇ ਦਰੇ ਉਹਨਾਂ ਪਾਸਿਸ ਨੂੰ ਕਹਿੰਦੇ ਜਿਹੜੇ ਪਹਾੜਾਂ ਦੇ ਵਿਚਕਾਰ ਕੁਦਰਤ ਨੇ ਪੱਧਰੇ ਰਸਤੇ ਬਣਾਏ ਨੇ ਖਾਉਲੀ ਦਰਾ ਪਾਰ ਕਰਨ ਲਈ, ਬਿਨਾਂ ਰੇਕੀ ਕੀਤੇ ਨਹੀਂ, ਬਿਨਾਂ ਟ੍ਰੈਕਿੰਗ ਦੇ ਨਿਸ਼ਾਨ ਲਗਾਏ, ਬਿਨਾਂ ਰੇਕੀ ਕੀਤੇ ਟਰੈਕ 'ਤੇ ਚੜ੍ਹਾ ਦਿੱਤਾ ਗਿਆ ਸੀ। ਅਸੀਂ ਚਾਰ ਦਿਨ ਤਿੰਨ ਰਾਤਾਂ ਬਰਫ਼ 'ਤੇ ਗਵਾਚੇ ਰਹੇ ਨੇ, ਬਰਫ਼ ਵਿੱਚੋਂ ਉਹ ਭਟਕਦੇ ਰਹੇ ਅਤੇ ਸਾਨੂੰ ਟਰੈਕ ਵੀ ਨਹੀਂ ਸੀ ਮਿਲਿਆ। ਉਦੋਂ ਸਾਨੂੰ ਵੀ ਇਸ ਤਰ੍ਹਾਂ ਲੱਗਦਾ ਸੀ ਹੁਣ ਸ਼ਾਇਦ ਹੀ ਘਰ ਵਾਪਸ ਪਹੁੰਚੀਏ, ਕਿਉਂਕਿ ਅਸੀਂ ਖਾਣ ਪੀਣ ਦਾ ਸਾਰਾ ਸਮਾਨ ਵੀ ਮੁਕਾ ਲਿਆ ਸੀ। ਇੱਕ ਦਿਨ ਤਾਂ ਸਾਨੂੰ ਬਰਫ਼ 'ਚ ਚੀਨੀ ਮਿਲਾ ਕੇ ਬਣਾਈਆਂ ਕੁਲਫੀਆਂ ਖਾ ਕੇ ਗੁਜ਼ਾਰਾ ਕਰਨਾ ਪਿਆ। ਯਾਨੀ ਟਰੈਕਿੰਗ ਵਿੱਚ ਸਿਖਾਇਆ ਜਾਂਦਾ ਹੈ ਜਦੋਂ ਸਾਰਾ ਸਮਾਨ ਖਤਮ ਹੋ ਜਾਏ ਤਾਂ ਬਰਫ਼ ਵਿੱਚੋਂ ਪਾਣੀ ਕਿਸ ਤਰ੍ਹਾਂ ਬਣਾਉਣਾ ਹੈ, ਬਰਫ਼ ਵਿੱਚੋਂ ਭੋਜਨ ਕਿਸ ਤਰ੍ਹਾਂ ਪ੍ਰਾਪਤ ਕਰਨਾ, ਇਹ ਸਾਰੀਆਂ ਚੀਜ਼ਾਂ ਟਰੈਕਰਸ ਨੂੰ ਸਿਖਾਈਆਂ ਜਾਂਦੀਆਂ ਨੇ। ਅਤੇ ਪ੍ਰੀਤਮ ਰੁਪਾਲ ਨੇ ਆਪਣੀ ਉਹ ਪੁਰਾਣੀ ਘਟਨਾ ਵਿੱਚ ਬਰਫ਼ ਵਿੱਚ ਚੀਨੀ ਮਿਲਾ ਕੇ ਕੁਲਫੀਆਂ ਖਾ ਕੇ ਉਸ ਰਾਤ ਗੁਜ਼ਾਰਾ ਕੀਤਾ ਸੀ। ਜਦੋਂ ਮੈਂ ਥੱਕੀਆਂ ਆ ਰਹੀਆਂ ਕੁੜੀ ਨੂੰ ਇਹ ਗੱਲ ਸੁਣਾਈ ਤਾਂ ਉਹਨਾਂ ਨੂੰ ਹੌਸਲਾ ਹੋ ਗਿਆ ਅਤੇ ਆਪਣੀ ਚਾਲੇ ਚੱਲਦੀਆਂ ਰਹੀਆਂ ਨਹੀਂ। ਉਹਨਾਂ ਨੂੰ ਅਜੇ ਸ਼ਿਕਾਇਤ ਸੀ ਵੀ 3-4 ਕਿਲੋਮੀਟਰ ਵਾਧੂ ਚੱਲਣਾ ਪਿਆ, ਉਸ ਤੋਂ ਉਹਨਾਂ ਨੂੰ ਕੋਈ ਗੱਲ ਜਿਹੜੀ ਸੀ ਨਾ ਉਹ ਭੁੱਲ ਗਈ। ਸਾਨੂੰ ਉਡੀਕਦਾ ਮਨਜੀਤ ਵੀ ਸਾਡੇ ਨਾਲ ਰਲ ਗਿਆ ਸੀ ਹੁਣ, ਕਿਉਂਕਿ ਸਾਰੇ ਥੱਕ ਚੁੱਕੇ ਸੀ ਹੌਲੀ ਹੌਲੀ ਪਿਛੜਦੇ। ਜਿਹੜਾ ਮਨਜੀਤ ਨਾਂ ਦਾ ਸੀ ਉਹ ਵੀ ਪਿੱਛੇ ਆ ਕੇ ਇਹਨਾਂ ਨਾਲ ਮਿਲ ਗਿਆ ਸੀ। ਅਸਲ ਵਿੱਚ ਉਸਦੇ ਗਰੁੱਪ ਦੀਆਂ ਕੁਝ ਕੁੜੀਆਂ ਪਛੜ ਗਈਆਂ ਸਨ। ਇਸ ਤਰ੍ਹਾਂ ਗਰੁੱਪ ਲੀਡਰ ਬਣਾਏ ਹੁੰਦੇ ਆ ਟਰੈਕਿੰਗ ਵਿੱਚ, ਇੱਕ ਗਰੁੱਪ ਲੀਡਰ ਦੇ ਹੇਠਾਂ 10 ਜਾਂ 12 ਬੱਚੇ ਹੁੰਦੇ ਆ ਜਾਂ ਟਰੈਕਰਸ ਹੁੰਦੇ ਆ ਜਿਹੜੇ ਕਿ ਉਹਨਾਂ ਦੀ ਅਗਵਾਨੀ ਕਰਦੇ, ਉਹਨਾਂ ਨੂੰ ਸਹੀ ਰਸਤਾ ਦਿਖਾਉਂਦੇ ਆ, ਅਤੇ ਪੂਰੇ ਗਰੁੱਪ ਨੂੰ ਇੱਕੋ ਵਾਰ ਨਹੀਂ ਚਲਾਇਆ ਜਾਂਦਾ, ਅਲੱਗ ਅਲੱਗ ਟੋਲੀਆਂ ਦੇ ਵਿੱਚ ਗਰੁੱਪ ਲੀਡਰ ਦੀ ਅਗਵਾਈ ਦੇ ਵਿੱਚ ਚਲਾਇਆ ਜਾਂਦਾ। ਅਤੇ ਮਨਜੀਤ ਗਰੁੱਪ ਲੀਡਰ ਸੀ, ਉਹਦੇ ਗਰੁੱਪ ਦੀਆਂ ਕੁੜੀਆਂ ਜਿਹੜੀਆਂ ਸੀ ਉਹ ਪਛੜ ਗਈਆਂ ਸੀ। ਦੋ ਵੱਡੇ ਪੱਥਰਾਂ ਦੇ ਵਿੱਚੋਂ ਲੰਘਦੇ ਅੱਗੇ ਪਹਾੜੀ ਮੋੜ ਆ ਗਿਆ, ਜਿਸ ਦੇ ਬਾਅਦ ਕਾਫ਼ੀ ਨਿਵਾਣ ਸੀ। ਇਹ ਨਿਵਾਣ ਸਾਨੂੰ ਬੜੇ ਸੁੰਦਰ ਆਬਸ਼ਾਰ ਯਾਨੀ ਝਰਨੇ ਥੱਲੇ ਲੈ ਗਈ। ਅਸੀਂ ਤਾਂ ਕਈ ਤਸਵੀਰਾਂ ਖਿੱਚੀਆਂ ਅਤੇ ਠੰਡਾ ਠਾਰ ਪਾਣੀ ਪੀ ਕੇ ਫਿਰ ਡੰਡੀ ਲੱਗੇ। ਡੰਡੀ ਲੱਗਣਾ ਮੁਹਾਵਰੇ ਨਹੀਂ, ਫਿਰ ਰਸਤੇ ਪੈ ਗਏ। ਬੜੀ ਠੰਡੀ ਅਤੇ ਤੇਜ਼ ਹਵਾ ਚੱਲ ਪਈ, ਹਵਾ ਵਿੱਚ ਕਣੀਆਂ ਵੀ ਪੈਣੀਆਂ ਨਹੀਂ, ਬੱਦਲ ਦੀਆਂ ਬੂੰਦਾਂ ਵੀ ਪੈਣੀਆਂ ਸ਼ੁਰੂ ਹੋ ਗਈਆਂ। ਮੈਂ ਆਪਣੇ ਲੱਕ ਦੁਆਲੇ ਬੰਨੀ ਵਿੰਡ ਸ਼ੀਟਰ ਇਸ ਤਰ੍ਹਾਂ ਦੀ ਕੋਟੀ, ਇਸ ਤਰ੍ਹਾਂ ਦੀ ਜੈਕਟ ਹੁੰਦੀ ਹੈ ਬਹੁਤ ਪਤਲੀ, ਜਿਸ ਵਿੱਚੋਂ ਠੰਡੀ ਹਵਾ ਨਹੀਂ ਜਾ ਸਕਦੀ। ਇਸ ਕਰਕੇ ਲੋਕ ਸਰਦੀਆਂ ਵਿੱਚ ਰਾਈਡਿੰਗ ਕਰਨ ਲੱਗਿਆ ਜਾਂ ਪਹਾੜਾਂ 'ਤੇ ਜਾਣ ਲੱਗਿਆ ਉਸ ਰੰਗ ਬਿਰੰਗੀ ਸ਼ੀਟ ਨੂੰ ਯਾਨੀ ਉਹ ਜੈਕਟ ਨੂੰ ਪਾ ਲੈਂਦੇ ਆ। ਟਰੈਕਰਸ ਲਈ ਉਹ ਜੋ ਸ਼ੀਟਾਂ ਨੇ ਉਹ ਫਲੋਰੋਸੈਂਟ ਕਲਰ ਦੀਆਂ ਹੁੰਦੀਆਂ, ਯੈਲੋ ਦੀਆਂ ਜਾਂ ਲਾਈਟ ਗ੍ਰੀਨ ਕਲਰ ਦੀਆਂ, ਲਾਈਟ ਰੈੱਡ ਪਿੰਕ, ਜਿਹੜੇ ਰੰਗ ਦੂਰੋਂ ਪਹਾੜਾਂ 'ਚੋਂ ਵਾਈਟ ਬਰਫ਼ ਵਿੱਚ ਪਏ ਨਜ਼ਰ ਆ ਜਾਣ, ਉਹਨਾਂ ਰੰਗਾਂ ਦੀਆਂ ਜੈਕਟਾਂ ਵਿੰਡ ਸ਼ੀਟਰ ਬਣਾਈਆਂ ਜਾਂਦੀਆਂ ਨੇ। ਉਸ ਨੇ ਉਹ ਆਪਣੇ ਲੱਕ ਤੋਂ ਲਪੇਟੀ ਸੀ, ਉਤਾਰ ਕੇ ਆਪਣੇ ਗਲੇ ਪਾ ਲਈ, ਠੰਡ ਲੱਗ ਰਹੀ ਸੀ ਇਸ ਕਰਕੇ। ਕੈਮਰਾ ਚਮੜੇ ਦੇ ਕਵਰ ਵਿੱਚ ਬੰਦ ਕਰ ਲਿਆ। ਕੁੜੀਆਂ ਆਪਣੀ ਆਦਤ ਮੁਤਾਬਕ ਹਾਏ ਮੀਂਹ, ਹਾਏ ਠੰਡ, ਹਾਏ ਬਾਰਿਸ਼, ਹਾਏ ਮੰਮੀ, ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਕਰਦੀਆਂ ਕੁੜੀਆਂ ਹਾਲ ਦਵਾਈ ਪਾਉਂਦੀਆਂ ਜਾ ਰਹੀਆਂ ਸੀ। ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਕਣੀਆਂ ਦੇ ਨਾਲ ਨਾਲ ਬਰਫ਼ ਪੈਣੀ ਸ਼ੁਰੂ ਹੋ ਗਈ। ਇੰਨੀ ਥੋੜ੍ਹੀ ਅਤੇ ਇੰਨੇ ਛੋਟੇ ਗੋਹੜਿਆਂ ਦੇ, ਗੋਹੜੇ ਦਾ ਮਤਲਬ ਰੂੰ ਦਾ ਟੁਕੜਾ ਨੂੰ ਗੋਹੜਾ ਕਹਿੰਦੇ, ਅਤੇ ਰੂੰ ਦੇ ਗੋਹੜਿਆਂ ਵਰਗੀ ਜਿਹੜੀ ਬਰਫ਼ ਸੀ ਉਹ ਡਿੱਗ ਰਹੀ ਸੀ। ਇਸ ਨੂੰ ਸਨੋਫਾਲ ਨਹੀਂ, ਇੰਨੀ ਜ਼ਿਆਦਾ ਨਹੀਂ ਪੈ ਰਹੀ ਸੀ ਕਿ ਸਨੋਫਾਲ ਕਿਹਾ ਜਾ ਸਕੇ। ਫਿਰ ਅਗਲੇ ਪੈਰ 'ਚ 63 ਪੇਜ 'ਤੇ ਹੈ, ਟਰੈਕਿੰਗ ਦੌਰਾਨ ਸਾਨੂੰ ਪਹਾੜੀ ਔਰਤਾਂ ਲੱਕੜੀ ਦੇ ਗੱਠੇ, ਘਾਹ, ਪਿੱਠੂ ਟੋਕਰੀਆਂ ਵਿੱਚ ਹੋਰ ਨਿਕਸੁਕ ਆਪਣੀਆਂ ਪਿੱਠਾਂ 'ਤੇ ਚੁੱਕੀਆਂ ਆਉਂਦੀਆਂ ਜਾਂਦੀਆਂ ਮਿਲਦੀਆਂ ਰਹੇ, ਟਰੈਕਿੰਗ ਕਰਦੇ ਰਹੇ। ਉਸ ਸਥਾਨਕ ਯਾਨੀ ਉਸ ਲੋਕਲ ਏਰੀਏ ਦੀਆਂ ਜਿਹੜੀਆਂ ਔਰਤਾਂ ਸੀ, ਆਪਣੀ ਜੋ ਪਿੱਠੂ ਟੋਕਰੀ ਜਿਹੜੇ ਪਿੱਛੇ ਉਹਨਾਂ ਨੇ ਟੋਕਰੀ ਲੰਬੀ ਪਾਈ ਹੁੰਦੀ ਹੈ, ਮੋਢਿਆਂ 'ਤੇ ਚੱਕੀ ਹੁੰਦੀ ਹੈ, ਉਸ ਵਿੱਚੋਂ ਜੋ ਆਪਣੀ ਜ਼ਰੂਰਤ ਦਾ ਸਮਾਨ ਸੀ ਉਹ ਸ਼ਹਿਰਾਂ ਵਿੱਚੋਂ ਥੱਲੋਂ ਲਿਆ ਕੇ ਅਤੇ ਪਹਾੜਾਂ 'ਤੇ ਆਉਂਦੀਆਂ ਜਾਂਦੀਆਂ ਮਿਲ ਰਹੀਆਂ ਸੀ। ਮੇਰੀ ਇੱਛਾ ਸੀ ਕਿ ਜੋ ਸਾਡੇ ਗਰੁੱਪ ਦੀਆਂ ਕੁੜੀਆਂ ਨੇ, ਸਾਡੀ ਟੋਲੀ ਦੀਆਂ ਕੁੜੀਆਂ, ਇਹਨਾਂ ਔਰਤਾਂ ਨਾਲ ਗੱਲਬਾਤ ਕਰਨ, ਪਰੰਤੂ ਕੁੜੀਆਂ ਨੇ ਇਸ 'ਚ ਕੋਈ ਰੁਚੀ ਨਹੀਂ ਦਿਖਾਈ। ਪਰ ਇੱਕ ਵਾਰ ਇੱਕ ਪਹਾੜ ਨਾਲ ਜਿਹੜੀ ਟੋਲੀ ਆਈ, ਜਿਸ ਵਿੱਚੋਂ ਇੱਕ ਕੁੜੀ ਨਵੀਂ ਵਿਆਹੀ ਸੀ, ਯਾਨੀ ਉਸਦਾ ਲਿਬਾਸ, ਉਸਦੇ ਗੁੱਤ, ਉਸਦੇ ਰੰਗ ਬਿਰੰਗਾ ਪਹਿਰਾਵਾ ਦੇਖ ਕੇ ਇਹ ਲੇਖਕ ਨੂੰ ਲੱਗਾ, ਕੁੜੀਆਂ ਨੂੰ ਲੱਗਾ ਨਵੀਂ ਵਿਆਹੀ ਸੀ, ਅਤੇ ਕੁੜੀਆਂ ਨੇ ਉਸਨੂੰ ਦੇਖ ਕੇ ਕੁੜੀਆਂ ਚੰਬਲ ਗਈਆਂ, ਸ਼ਰਾਰਤੀ ਹੋ ਗਈਆਂ ਅਤੇ ਉਸ ਨਾਲ ਛੇੜਛਾੜ ਕਰਨ ਲੱਗ ਪਈਆਂ, ਅਤੇ ਉਹ ਕੁੜੀ ਸੰਗ ਗਈ। ਅਤੇ ਫਿਰ ਉਸਨੇ ਕਿਹਾ, ਅਰੇ ਚੋਟੀ ਲੈਣੇ ਕਾ ਚੋਟੀ, ਅੱਛਾ ਤੁਮੀਂ ਕਿਹਾ, ਇਹਦਾ ਮਤਲਬ ਕੁੜੀਆਂ ਨੇ ਤਾਂ ਪਟੇ ਕਰਾ ਲਏ ਸੀ, ਉਹਨਾਂ ਨੇ ਵਾਲ ਕਟਾਏ ਹੋਏ ਸੀ, ਉਹ ਕੁੜੀ ਦੀ ਗੁੱਤ ਲੰਬੀ ਸੀ, ਉਹ ਕਹਿੰਦੇ ਤੁਹਾਡੇ ਕੋਲ ਚੋਟੀ ਨਹੀਂ ਹੈ, ਤੁਹਾਡੇ ਕੋਲ ਤਾਂ ਇੱਦਾਂ ਦੇ ਪਟੇ ਵਾਲੇ ਵਾਲ ਨੇ। ਮੈਂ ਇੰਨਾ ਕੁ ਹੀ ਸੁਣ ਸਕਿਆ, ਕੁੜੀਆਂ ਉਸਨੂੰ ਹੱਥ ਲਹਿਰਾ ਕੇ ਬਾਏ ਬਾਏ ਕਰਨ ਲੱਗੀਆਂ, ਉਹ ਅਤੇ ਉਸਦੀਆਂ ਸਾਥਣਾਂ ਬਹੁਤ ਖੁਸ਼ ਹੋਈਆਂ, ਹੱਸਦੀਆਂ ਬਾਏ ਬਾਏ ਕਰਦੀਆਂ ਸਾਥੋਂ ਦੂਰ ਹੁੰਦੀਆਂ ਗਈਆਂ। ਉਸਨੇ ਕੁੜੀਆਂ ਨੂੰ ਕੀ ਜਵਾਬ ਦਿੱਤਾ ਇਸ ਦੀ ਮੈਨੂੰ ਬਹੁਤੀ ਸਮਝ ਨਹੀਂ ਆਈ, ਪਰ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਕਹਿ ਰਹੀ ਹੋਵੇ, ਮੇਰੀ ਗੁੱਤ ਕੇ ਦੇਖ ਕੇ ਹੱਸਦੀਆਂ ਹੋ, ਤੁਹਾਡੇ ਜੁੰਡੇ ਤਾਂ ਹੈ ਨਹੀਂ,
ਤੁਹਾਡੇ ਜੁੰਡੇ ਤਾਂ ਹੈ ਨਹੀਂ, ਗੁੱਤਾਂ ਕਿੱਥੋਂ ਪਾਵੋ? ਇਹਦਾ ਮਤਲਬ ਕੁੜੀਆਂ ਨੇ ਵਾਲ ਕਟਾਏ ਹੋਏ ਸੀ। ਮੇਰੇ ਨਾਲ ਜੋ ਕੁੜੀਆਂ ਸਨ ਬਹੁਤੀਆਂ ਨੇ ਆਪਣੇ ਵਾਲ ਹੇਅਰ ਸਟਾਈਲ ਦੀ ਭੇਂਟ ਚੜ੍ਹਾਏ ਹੋਏ ਸਨ, ਯਾਨੀ ਵਾਲ ਕਟਾਏ ਸੀ। ਸਾਹਮਣੇ ਨਜ਼ਰੀ ਆ ਰਹੀ ਲਾਲ ਕੋਠੀ ਵੱਲ ਇਸ਼ਾਰਾ ਕਰਦੇ, ਮੈਂ ਟਰੈਕਰਾਂ ਨੂੰ ਦੱਸਿਆ, ਇਹਨੀ ਕੁੜੀਆਂ ਨੂੰ ਦੱਸਿਆ ਉਹ ਸੈਲਾਂਗਵਾਦੀ ਆ ਗਏ, ਯਾਨੀ ਹੁਣ ਟਰੈਕਿੰਗ ਦਾ ਰਸਤਾ ਖਤਮ ਹੋ ਗਿਆ ਸੀ ਅਤੇ ਜਿਸ ਜਗ੍ਹਾ ਉਹਨਾਂ ਨੇ ਪਹੁੰਚਣਾ ਸੀ ਡੈਸਟੀਨੇਸ਼ਨ, ਉਹ ਸੈਲਾਂਗਵਾਦੀ ਉਹ ਜਿਹੜੇ ਵੈਲੀ ਸੀ ਉਹ ਆ ਚੁੱਕੀ ਸੀ। ਇਹ ਕਈ ਦਹਾਕੇ ਪਹਿਲਾਂ ਬਣੇ ਗਏ ਡਾਕ ਬੰਗਲੇ ਦੀ ਪੁਰਾਣੀ ਇਮਾਰਤ ਸੀ, ਯਾਨੀ ਬਹੁਤ ਸਾਲ ਪਹਿਲੇ ਕੋਈ ਡਾਕ ਬੰਗਲਾ ਸੀ ਉਹਦੀ ਪੁਰਾਣੀ ਇਮਾਰਤ ਸੀ। ਹੁਣ ਜਿਹੜਾ ਹਿਮਾਚਲ ਸੈਰ ਸਪਾਟਾ ਮਹਿਕਮਾ ਸੀ ਨਾ, ਟੂਰਿਜ਼ਮ ਡਿਪਾਰਟਮੈਂਟ ਸੀ ਹਿਮਾਚਲ ਦਾ, ਉਸਨੇ ਔਰ ਹਿਮਾਲਿਅਨ ਮਾਊਂਟੇਨ ਐਕਸਪੀਡੀਸ਼ਨ ਯਾਨੀ ਹਿਮਾਲਿਅਨ ਪਰਬਤ ਆਰੋਹਣ ਸੰਸਥਾ ਨੇ ਇਸ ਨੂੰ ਆਪਣੀਆਂ ਸਰਗਰਮੀਆਂ ਦੇ ਐਕਟੀਵਿਟੀ ਦਾ ਸੈਂਟਰ ਬਣਾ ਲਿਆ ਸੀ ਇਸ ਲਾਲ ਇਸ ਪੁਰਾਣੀ ਡਾਕ ਬੰਗਲੇ ਦੀ ਇਮਾਰਤ ਯਾਨੀ ਲਾਲ ਕੋਠੀ ਨੂੰ। ਸਮਾਗ ਅਤੇ ਗਰਗ ਸਾਹਿਬ, ਇਹ ਦੋਨੋਂ ਨਾਮ ਹੈ, ਸਮਾਗ ਅਤੇ ਗਰਭ ਸਾਹਿਬ ਨੇ ਸੈਲਾਂਗਵਾਦੀ ਵਿੱਚ ਗਰਮ ਗਰਮ ਖਾਣੇ ਨਾਲ ਸਾਡਾ ਸਵਾਗਤ ਕੀਤਾ। ਇੱਥੇ ਕੁਸ਼ਚਨ ਆਏਗਾ ਵੀ ਟਰੈਕਰਸ ਲਈ ਖਾਣਾ ਕੌਣ ਲੈ ਕੇ ਇੱਥੇ? ਸਮਾਗ ਔਰ ਗਰਗ ਸਾਹਿਬ ਨੇ। ਉਹ ਸੜਕ ਦੇ ਰਸਤੇ ਟਰੱਕ ਰਾਹੀਂ ਦੁਪਹਿਰ ਦਾ ਖਾਣਾ ਲੈ ਕੇ ਆਏ ਸੀ, ਕਿਉਂਕਿ ਉਹਨੂੰ ਪਤਾ ਸੀ ਕੁੜੀਆਂ ਇਸ ਸਮੇਂ ਇਸ ਜਗ੍ਹਾ 'ਤੇ ਪਹੁੰਚਣਗੀਆਂ, ਪਹਿਲੇ ਮਿੱਥਿਆ ਸਾਰਾ ਸ਼ੈਡਿਊਲ ਸੀਗਾ, ਇਸ ਕਰਕੇ ਸਮਾਗ ਔਰ ਗਰਗ ਸਾਹਿਬ ਟਰੱਕ ਭਰ ਕੇ ਖਾਣੇ ਦਾ ਉੱਥੇ ਪਹੁੰਚ ਗਏ। ਜੋ ਕੁੜੀਆਂ ਪਹਿਲਾਂ ਆ ਚੁੱਕੀਆਂ ਸਨ ਉਹ ਰੋਟੀ ਖਾ ਕੇ ਸੁਸਤਾ ਰਹੀਆਂ ਸਨ ਅਤੇ ਕੁਝ ਦੂਰ ਤੱਕ ਫੈਲੀ ਢਲਾਨ ਅਤੇ ਹਰੇ ਘਾਹ ਦਾ ਆਨੰਦ ਮਾਣ ਰਹੀਆਂ ਸੀ। ਇਹ ਵੈਲੀ ਸੀਗੀ, ਉੱਥੇ ਘਾਟੀ ਸੀ, ਇਸ ਕਰਕੇ ਕੁੜੀਆਂ ਹਰਿਆਲੀ ਦਾ ਔਰ ਪਹਾੜੀ ਦ੍ਰਿਸ਼ਾਂ ਦਾ ਆਨੰਦ ਮਾਣ ਰਹੀਆਂ ਸੀ। ਇੱਥੇ ਸੈਲਾਨੀ ਦੀ ਬੜੀ ਭੀੜ ਸੀ ਕਿਉਂਕਿ ਵੈਲੀ ਸੀ ਨਾ, ਠੰਡਕ ਦਾ ਇਲਾਕਾ ਸੀ, ਬਰਫ਼ ਦਾ ਇਲਾਕਾ ਸੀ, ਇਸ ਕਰਕੇ ਟੂਰਿਸਟ ਸੈਲਾਨੀ ਮੀਨਸ ਟੂਰਿਸਟ ਬੜੇ ਆਏ ਸੀ। ਰੰਗ ਬਿਰੰਗੀਆਂ ਪੁਸ਼ਾਕਾਂ ਵਿੱਚ ਸੈਲਾਨੀਆਂ ਨੇ ਇਸ ਵਾਦੀ ਨੂੰ ਫੁੱਲਾਂ ਵਾਂਗ ਸਜਾਇਆ ਸੀ। ਇੱਕ ਪਾਸੇ 10 ਕੁ ਮਣ ਦਾ ਬਰਫ਼ੀਲਾ ਤੋਦਾ ਯਾਨੀ ਬਹੁਤ ਵੱਡਾ ਢੇਰ ਪਿਆ ਸੀ ਅਤੇ ਕਈ ਸੈਲਾਨੀ ਉੱਪਰ ਚੜ੍ਹ ਕੇ ਫੋਟੋਆਂ ਖਿਚਾ ਰਹੇ ਸੀ ਜਿੱਦਾਂ ਕੋਈ ਸਨੋਫਾਲ ਦੇ ਫੋਟੋਆਂ ਖਿਚਾਉਂਦਾ। ਹੁਣ ਕਹਿੰਦੇ ਅਸੀਂ ਰੋਟੀ ਖਾ ਕੇ ਢਲਾਨ ਵੱਲ ਵਧੇ, ਨੋਨਾ ਉਸ ਕੁੜੀ ਦਾ ਨਾਮ ਹੈ, ਨੋਨਾ ਹੋਰੀ ਤਸਵੀਰਾਂ ਖਿਚਾਉਣ ਲਈ ਕਾਲ ਕਰ ਰਹੀਆਂ ਸਨ। ਨੋਨਾ ਜੋ ਬਠਿੰਡੇ ਗਰੁੱਪ ਦੀ ਜ਼ਿਲ੍ਹੇ ਦੀ ਗਰੁੱਪ ਲੀਡਰ ਸੀ, ਰਾਮਪੁਰੇ ਤੋਂ ਮੇਰੇ ਕਾਫ਼ੀ ਨੇੜਲੇ ਸੰਬੰਧਾਂ ਵਾਲੇ ਪਰਿਵਾਰ ਵਿੱਚੋਂ ਸੀ, ਯਾਨੀ ਕਲੋਜ਼ ਰਿਲੇਸ਼ਨ ਵਿੱਚੋਂ ਸੀ। ਉਹਨਾਂ ਨੇ ਆਪਣੀ ਰੀਲ ਮੇਰੇ ਕੈਮਰੇ ਵਿੱਚ ਪਾ ਕੇ ਕੈਮਰੇ 'ਤੇ ਕਬਜ਼ਾ ਕਰ ਲਿਆ। ਇੱਥੇ ਤਸਵੀਰਾਂ ਖਿੱਚਦਿਆਂ ਸਾਨੂੰ ਬਹੁਤ ਸਮਾਂ ਹੋ ਗਿਆ। ਇਸ ਤਰ੍ਹਾਂ ਉਹਨੇ ਇਹ ਛੋਟੀਆਂ ਛੋਟੀਆਂ ਗੱਲਾਂ, ਯਾਦਾਂ ਨੇ, ਸੰਸਮਰਣ ਨੇ ਇਸ ਨੂੰ ਲਿਖ ਕੇ ਜਾਂ ਆਪ ਸਾਡੇ ਨਾਲ ਸ਼ੇਅਰ ਕਰਕੇ ਇਸ ਲੇਖ ਨੂੰ ਬਹੁਤ ਰੋਚਕ ਬਣਾ ਦਿੱਤਾ ਹੈ। ਸੋਲਾਂਗ ਸੰਘਣੇ ਅਤੇ ਉੱਚੇ ਦੇਵਦਾਰ ਦੇ ਦਰੱਖਤਾਂ ਅਤੇ ਪਹਾੜੀਆਂ ਵਿੱਚ ਘਿਰੀ ਹੋਈ ਛੋਟੀ ਜਿਹੀ ਢਲਾਨ ਹੈ ਜੋ ਪਹਾੜੀ ਇਲਾਕੇ ਦੇ ਹਿਸਾਬ ਨਾਲ ਕਾਫ਼ੀ ਪੱਧਰੀ ਹੈ। ਪਹਾੜ ਤਾਂ ਬਹੁਤ ਉੱਚੇ ਨਹੀਂ ਹੁੰਦੇ ਪਰ ਇਹ ਥੋੜ੍ਹੀ ਪੱਧਰੀ ਹੈ। ਇੱਥੇ WHMI ਜੋ FM ਸੰਸਥਾ ਹੈ ਵੱਲੋਂ ਦਸੰਬਰ ਵਿੱਚ ਸਕੀਇੰਗ ਕੋਰਸ ਕਰਾਇਆ ਜਾਂਦਾ, ਢਲਾਨਾਂ 'ਤੇ ਸਕੀਇੰਗ ਕਰਾਈ ਜਾਂਦੀ ਹੈ। ਉਸ ਸਮੇਂ ਬਰਫ਼ ਨਾਲ ਲੱਦੀ ਹੋਈ ਹੁੰਦੀ ਹੈ ਦਸੰਬਰ ਵਿੱਚ, ਹੁਣ ਇਹ ਦਸੰਬਰ ਦਾ ਮਹੀਨਾ ਨਹੀਂ ਸੀ। ਵੱਖ ਵੱਖ ਗਰੁੱਪਾਂ ਵਿੱਚ ਅਸੀਂ ਕੈਂਪ ਸਥਾਨ ਨੂੰ ਰਵਾਨਗੀ ਪਾਈ, ਯਾਨੀ ਉੱਥੇ ਰੋਟੀ ਖਾ ਕੇ ਅਤੇ ਸੈਲਾਂਗ ਵਾਦੀ 'ਚੋਂ ਆਰਾਮ ਕਰਕੇ ਫਿਰ ਇਹਨਾਂ ਨੇ ਥੱਲੇ ਕੈਂਪ ਸਥਾਨ 'ਤੇ ਚੱਲਣਾ ਸ਼ੁਰੂ ਕਰਤਾ। ਵਾਪਸੀ ਸਮੇਂ ਸੜਕ ਦੇ ਰਸਤੇ ਹੀ ਜਾਣਾ ਸੀ, ਇਸ ਲਈ ਕੋਈ ਬਹੁਤੀ ਸਮੱਸਿਆ ਨਹੀਂ। ਪਹਿਲੇ ਤਾਂ ਪਹਾੜਾਂ ਵਿੱਚੋਂ, ਜੰਗਲਾਂ ਵਿੱਚੋਂ, ਟੇਢੇ ਮੇਢੇ ਪਗਡੰਡੀਆਂ ਵਿੱਚੋਂ ਹੋ ਕੇ ਆਏ ਸੀ, ਹੁਣ ਰਸਤਾ ਪੱਧਰਾ ਸੀ। ਇਹਨਾਂ ਨੇ ਆਪਣੀ ਡੈਸਟੀਨੇਸ਼ਨ, ਆਪਣੀ ਮੰਜ਼ਿਲ 'ਤੇ ਪਹੁੰਚਣਾ ਸੀ, ਸੜਕ ਦੇ ਮਾਰਗ 'ਤੇ ਜਾ ਰਹੇ ਸੀ। ਨਿੱਕੀ ਨਿੱਕੀ ਕਣੀ ਦਾ ਮੀਂਹ ਬਰਾਬਰ ਪੈ ਰਿਹਾ ਸੀ ਲਗਾਤਾਰ, ਮੈਂ ਤਾਂ ਪਹਿਲਾਂ ਵਾਂਗ ਪਿੱਛੇ ਹੀ ਸੀ ਪਰ ਮੇਰੇ ਨਾਲ ਦੇ ਫਾਡੀ ਸਾਥੀਆਂ ਦੀ ਗਿਣਤੀ, ਕਿਉਂਕਿ ਸਾਰੇ ਥੱਕੀ ਜਾ ਰਹੇ ਸੀ, ਸਲੋ ਹੋਈ ਜਾ ਰਹੇ ਸੀ, ਫਾਡੀ ਕਹਿੰਦੇ ਪਿਛੜੇ ਹਾਰੇ ਹੋਏ, ਇਸ ਤਰ੍ਹਾਂ ਥੱਕੇ ਹੋਏ ਫਾਡੀ ਸਾਥੀਆਂ ਦੀ ਗਿਣਤੀ ਵੱਧਦੀ ਗਈ। ਜਦੋਂ ਮੈਂ ਫਿਰੋਜ਼ਪੁਰ ਦੀ ਰਾਜਰਾਣੀ ਨੂੰ ਪਿੱਛੇ ਰਹਿਣ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਸਾਨੂੰ ਵੀ ਉਸ ਪਹਾੜੀ ਪੰਛੀ ਦਿਖਾਉਣਾ ਜੋ ਤੁਸੀਂ ਆਪਣੇ ਗਰੁੱਪ ਨੂੰ ਦਿਖਾ ਕੇ ਲਿਆਏ ਹੋ। ਬਹੁਤ ਛੋਟੀ ਜਿਹੀ ਗੱਲ ਹੈ ਪਰ ਇਹ ਛੋਟੀ ਜਿਹੀ ਗੱਲ ਨੇ ਇਸ ਲੇਖ ਵਿੱਚ ਹੋਰ ਰੋਚਕਤਾ, ਇੱਕ ਹੋਰ ਪੁਆਇੰਟ ਖੜਾ ਕਰ ਦਿੱਤਾ ਹੈ। ਉਸ ਨੂੰ ਬਹੁਤ ਮਾਯੂਸੀ ਹੈ ਜਦੋਂ ਮੈਂ ਦੱਸਿਆ ਹੁਣ ਅਸੀਂ ਨਵੇਂ ਟਰੈਕ ਰਾਹੀਂ ਜਾ ਰਹੇ ਹਾਂ, ਨਹੀਂ ਪੁਰਾਣੇ ਰਸਤੇ ਤੋਂ ਨਹੀਂ ਜਾ ਰਹੇ। ਕਈ ਕੁੜੀਆਂ ਨੂੰ ਬੂਟ ਲੱਗਣ ਨਾਲ ਉਹਨਾਂ ਦੇ ਪੈਰਾਂ 'ਤੇ ਮਾਮੂਲੀ ਛਾਲੇ ਜਿਹੇ ਹੋ ਗਏ ਸਨ, ਕਈ ਆਲੇ ਦੁਆਲੇ ਦੀਆਂ ਪਹਾੜੀਆਂ ਅਤੇ ਉੱਚੇ ਪਰਬਤਾਂ ਬਾਰੇ ਜਾਣਕਾਰੀ ਲੈਣ ਦੇ ਆਸ਼ੇ ਨਾਲ ਪਿੱਛੇ ਰਹਿ ਗਈਆਂ, ਯਾਨੀ ਕੁੜੀਆਂ ਨੂੰ ਜਿਗਿਆਸਾ ਸੀ ਅਸੀਂ ਇਸ ਇਲਾਕੇ ਦੀ, ਇਹਨਾਂ ਪਹਾੜਾਂ ਦੀ, ਇਹਨਾਂ ਢਲਾਨਾਂ ਦੀ ਜਾਣਕਾਰੀ ਲਈਏ, ਇਸ ਕਰਕੇ ਹੌਲੀ ਹੌਲੀ ਕੁੜੀਆਂ ਪਿੱਛੇ ਰਹਿ ਗਈਆਂ ਸਨ। ਇਸ ਤਰ੍ਹਾਂ ਵੱਖ ਵੱਖ ਵੰਨਗੀ ਦੇ ਟਰੈਕਰਾਂ ਦਾ ਯਾਨੀ ਕੁੜੀਆਂ ਮੁੰਡਿਆਂ ਦਾ ਉਹ ਮਿਲਗੋਬਾ ਸੀ, ਗਰੁੱਪ ਜਿਹਾ ਸੀ ਮੇਰਾ ਇਹ ਗਰੁੱਪ। ਆਪਣੀ ਚਾਲੇ ਤੁਰਦੇ ਅਸੀਂ ਮਨਾਲੀ ਤੋਂ ਕੇਲਾਂਗ ਵਾਲੀ ਮੁੱਖ ਸੜਕ 'ਤੇ ਜਾ ਚੜ੍ਹੇ ਜੋ ਰੋਹਤਾਂਗ ਦਰੇ ਤੋਂ ਪਾਰ ਲਾਹੌਲ ਸਪੀਤੀ ਵਾਦੀ ਵਿੱਚੋਂ ਲੰਘਦੀ ਹੋਈ ਲੇਹ ਨੂੰ ਜਾਂਦੀ, ਉਸ ਰਸਤੇ ਵੱਲ ਨੂੰ ਜਾਂਦੀ ਹੈ। ਪਰ ਇਹਨਾਂ ਨੇ ਉੱਥੇ ਨਹੀਂ ਜਾਣਾ ਸੀ, ਇਹਨਾਂ ਦਾ ਜੋ ਡੈਸਟੀਨੇਸ਼ਨ ਸੀ ਬਹੁਤ ਨੇੜੇ ਸੀ। ਉੱਪਰ ਬਰਫ਼ ਦੇਖਣ ਜਾ ਰਹੇ, ਬਰਫ਼ ਤੋਂ ਮੁੜ ਰਹੇ ਸੈਲਾਨੀਆਂ ਦੀਆਂ ਕਾਰਾਂ, ਜੀਪਾਂ, ਬੱਸਾਂ ਦੇ ਹਾਰਨ ਅਤੇ ਘੂਕਰ ਨੇ ਅਕਾਊ ਜਿਹਾ ਮਾਹੌਲ ਪੈਦਾ ਕਰੀ ਰੱਖਿਆ, ਕਿਉਂਕਿ ਮੇਨ ਰੋਡ ਸੀ, ਇਸ ਕਰਕੇ ਕਾਰਾਂ, ਗੱਡੀਆਂ, ਬੱਸਾਂ ਉੱਥੇ ਆ ਜਾ ਰਹੀਆਂ ਸੀ, ਸ਼ੋਰ ਹੋ ਰਿਹਾ ਸੀ, ਉਹ ਜਿਹੜਾ ਸੀ ਉਹ ਕੁਦਰਤੀ ਸ਼ਾਂਤੀ ਵਿੱਚ ਵਿਘਨ ਪਾ ਰਿਹਾ ਸੀ।
ਵਸ਼ਿਸ਼ਟ ਕੋਲੋਂ ਲੰਘਦਿਆਂ ਮੈਨੂੰ ਚਾਟ ਵਾਲੀ ਘਟਨਾ ਫਿਰ ਚੇਤੇ ਆ ਗਈ ਅਤੇ ਮੈਂ ਚਾਟ ਦੇ ਖਿਲਾਫ਼ ਆਪਣਾ ਲੈਕਚਰ ਝਾੜਨਾ ਸ਼ੁਰੂ ਕਰ ਦਿੱਤਾ। ਮੇਰੇ ਨਾਲ ਜੋ ਬਹੁਤੀਆਂ ਕੁੜੀਆਂ ਸਨ ਉਹਨਾਂ ਦੇ ਹੁੰਗਾਰੇ ਤੋਂ ਮੈਨੂੰ ਲੱਗਾ ਜਿਵੇਂ ਮੇਰੀਆਂ ਗੱਲਾਂ 'ਤੇ ਬਹੁਤ ਸਹਿਮਤ ਨਾ ਹੋਣ, ਪਰ ਇੱਕ ਫਾਇਦਾ ਹੋ ਗਿਆ, ਕਿਸੇ ਨੇ ਚਾਟ ਖਾਣ ਦੀ ਇੱਛਾ ਨਾ ਪ੍ਰਗਟਾਈ। ਇਹਦਾ ਵੀ ਰੈਫਰੈਂਸ ਉਹਨਾਂ ਨੇ ਐਵੇਂ ਰੋਚਕ ਦੇ ਤੌਰ 'ਤੇ ਆਪਣੀ ਉਸ ਰੈਫਰੈਂਸ ਦੇ ਤੌਰ 'ਤੇ ਦਿੱਤਾ ਹੈ ਅਤੇ ਇਸ ਨੂੰ ਯਾਦ ਰੱਖਣ ਦੀ ਅਜੇ ਲੋੜ ਨਹੀਂ ਹੈ। ਮਨਾਲੀ ਦੇ ਨਹਿਰੂ ਕੰਪਲੈਕਸ ਕੋਲੋਂ ਅਸੀਂ ਜੰਗਲਾਤ ਯਾਨੀ ਫੋਰੈਸਟ ਮਹਿਕਮੇ ਦੇ ਰਿਜ਼ਰਵ ਜੰਗਲਾਂ ਵਿੱਚੋਂ ਹੁੰਦੇ ਹੋਏ ਆਪਣੇ ਕੈਂਪ ਸਥਾਨ 'ਤੇ ਪਹੁੰਚੇ, ਹੁਣ ਡੈਸਟੀਨੇਸ਼ਨ 'ਤੇ ਪਹੁੰਚ ਗਏ। ਥੋੜ੍ਹਾ ਥੋੜ੍ਹਾ ਮੀਂਹ ਅਜੇ ਵੀ ਪੈ ਰਿਹਾ ਸੀ, ਕੁੜੀਆਂ ਆਪਣੇ ਟੈਂਟਾਂ ਵਿੱਚ ਸਨ ਪਰ ਕਿਸੇ ਪਾਸੇ ਕੋਈ ਆਵਾਜ਼ ਨਹੀਂ ਆ ਰਹੀ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਅਜੇ ਟ੍ਰੈਕਿੰਗ ਤੋਂ ਕੋਈ ਵਾਪਸ ਹੀ ਨਾ ਆਇਆ ਹੋਵੇ। ਮੈਂ ਕੈਂਪ ਕਮਾਂਡਰ ਨੂੰ ਸਾਰਿਆਂ ਦੇ ਸਹੀ ਸਲਾਮਤ ਪਰਤ ਆਉਣ ਦੀ ਰਿਪੋਰਟ ਦਿੱਤੀ, ਯਾਨੀ ਸਾਰੇ ਥੱਕੇ ਟੁੱਟੇ ਉਹਨਾਂ ਟੈਂਟਾਂ ਵਿੱਚ ਚੁੱਪ ਚਾਪ ਸ਼ਾਂਤੀ ਨਾਲ ਪੈ ਗਏ ਸਨ। ਉਹ ਬੜੇ ਖੁਸ਼ ਸੀ। ਕੌਣ? ਕੈਂਪ ਕਮਾਂਡੈਂਟ, ਜਿਹੜੇ ਉਸ ਕੈਂਪ ਦੇ ਹੈੱਡ ਸੀ ਗਰੁੱਪ ਲੀਡਰਾਂ ਤੋਂ ਇਲਾਵਾ। ਟ੍ਰੈਕਿੰਗ ਦੀਆਂ ਗੱਲਾਂ ਕਰਦੇ ਸੀ, ਚਾਹ ਪੀਣ ਵਿੱਚ ਮਸਰੂਫ ਯਾਨੀ ਬਿਜ਼ੀ ਹੋ ਗਏ। ਸਰ, ਅੱਜ ਅਖਬਾਰ ਕੱਢਣਾ? ਇਸ ਤਰ੍ਹਾਂ ਰੁਪਿੰਦਰ ਨਾਂ ਦੀ ਕੁੜੀ ਨੇ ਆ ਕੇ ਪੁੱਛਿਆ, ਜਿਵੇਂ ਉਸਦਾ ਅੱਜ ਅਖਬਾਰ ਨਾ ਕੱਢਣ ਦਾ ਇਰਾਦਾ ਹੋਵੇ। ਮੈਨੂੰ ਬੜਾ ਗੁੱਸਾ ਆਇਆ, ਮੈਂ ਅੱਗੋਂ ਭੱਜ ਕੇ ਪਿਆ। ਕਿਉਂ ਕੱਢਣਾ ਕਿਉਂ ਨਹੀਂ? ਅੱਜ ਰੋਟੀ ਨਹੀਂ ਖਾਧੀ? ਇੰਨਾ ਸੁਣ ਕੇ ਸੰਪਾਦਕੀ ਮੰਡਲ ਵਾਲੀਆਂ ਕੁੜੀਆਂ ਵਾਪਸ ਪਰਤ ਗਈਆਂ। ਹੁਣ ਜਿਹੜਾ ਟ੍ਰੈਕਿੰਗ ਗਰੁੱਪ ਸੀ ਨਾ, ਇਹ ਆਪਣੇ ਨਾਲ ਇਸ ਤਰ੍ਹਾਂ ਦੀਆਂ ਕੁੜੀਆਂ ਵੀ ਸੀ ਜਿਹੜੀਆਂ ਕਿ ਰੋਜ਼ ਦੇ ਸਮਾਚਾਰ ਟ੍ਰੈਕਿੰਗ ਦੇ ਅਖਬਾਰ ਵਿੱਚ ਭੇਜਦੀਆਂ ਸੀ ਅਤੇ ਉਹਨਾਂ ਦਾ ਸੰਪਾਦਕੀ ਮੰਡਲ ਬਣਿਆ ਹੋਇਆ ਸੀ ਜੋ ਅਲੱਗ ਟੈਂਟ ਵਿੱਚ ਕੰਮ ਕਰ ਰਿਹਾ ਸੀ। ਕੈਂਪ ਕਮਾਂਡਰ ਅਤੇ ਸਿਖਲਾਈ ਟੀਮ ਦੇ ਦੂਸਰੇ ਸਾਥੀਆਂ ਨਾਲ ਗੱਲਾਂ ਮਾਰ ਕੇ ਜਦ ਮੈਂ ਆਪਣੇ ਟੈਂਟ ਵਿੱਚ ਜਾ ਰਿਹਾ ਸਾਂ, ਕੈਂਪ ਅਖਬਾਰ ਵਾਲੇ ਟੈਂਟ 'ਚ ਸੰਪਾਦਕੀ ਟੀਮ ਆਪਣੇ ਕੰਮ 'ਚ ਰੁੱਝੀ ਸੀ, ਯਾਨੀ ਆਪਣਾ ਕੰਮ ਅਖਬਾਰ ਵਿੱਚ ਆਰਟੀਕਲ ਭੇਜਣ ਦਾ ਕੰਮ ਉਹ ਕਰ ਰਹੀਆਂ ਸੀ। ਬਾਕੀ ਕੁੜੀਆਂ ਟੈਂਟਾਂ ਵਿੱਚ ਆਰਾਮ ਕਰ ਰਹੀਆਂ ਸੀ। ਮੈਂ ਆਪਣੀ ਪੱਤਰਕਾਰ ਕੁੜੀਆਂ ਨਾਲ ਇਸ ਤਰ੍ਹਾਂ ਗੁੱਸੇ ਵਾਲੇ ਢੰਗ ਨਾਲ ਪੇਸ਼ ਨਹੀਂ ਸੀ ਆਉਣਾ ਚਾਹੀਦਾ ਮੈਨੂੰ। ਮੈਂ ਆਪਣੇ ਆਪ ਨੂੰ ਕੋਸਿਆ, ਮੈਂ ਆਪਣੇ ਟੈਂਟ ਜਾਣ ਦੀ ਬਜਾਏ ਕੈਂਪ ਟਾਈਮਸ ਯਾਨੀ ਜੋ ਕੈਂਪ ਪਰ ਜੋ ਅਖਬਾਰ ਲਿਖ ਰਹੀਆਂ ਸੀ ਕੁੜੀਆਂ ਉਹਨਾਂ ਦੇ ਟੈਂਟ 'ਚ ਲੱਗ ਗਿਆ। ਮੈਨੂੰ ਇਹ ਸੀ ਕਿ ਕੁੜੀਆਂ ਨੇ ਮੇਰੇ ਗੁੱਸੇ ਭਰੇ ਜਵਾਬ ਦਾ ਬੁਰਾ ਮਨਾਇਆ ਹੋਏਗਾ, ਪਰ ਉਹਨਾਂ ਦੇ ਚਿਹਰੇ 'ਤੇ ਇਸ ਤਰ੍ਹਾਂ ਦਾ ਕੋਈ ਗਿਲਾ ਨਹੀਂ ਸੀ। ਇਸ ਲਈ ਮੇਰੇ ਲਈ ਕੁਰਸੀ ਛੱਡ ਕੇ ਪੁੱਛਣ ਲੱਗੀਆਂ, ਸਰ ਅੱਜ ਮੇਨ ਖਬਰ ਕਿਹੜੀ ਲਾਉਣੀ ਹੈ ਖਬਰ? ਮੈਂ ਉਹਨਾਂ ਦੀ ਪ੍ਰਤੀਬੱਧਤਾ ਅਤੇ ਭੋਲੇਪਨ ਤੋਂ ਬੜਾ ਪ੍ਰਭਾਵਿਤ ਹੋਇਆ ਅਤੇ ਮੈਂ ਹੋਰ ਵੀ ਹਲੂਣਿਆ ਗਿਆ। ਨਹੀਂ, ਮੈਂ ਹੋਰ ਵੀ ਬੜਾ ਸ਼ਰਮਸ਼ਾਰ ਹੋਇਆ। ਮੈਂ ਕਿਹਾ, ਅੱਜ ਤੁਸੀਂ ਆਰਾਮ ਕਰੋਗੀਆਂ, ਮੈਂ ਇਕੱਲੇ ਹੀ ਅਖਬਾਰ ਕੱਢਾਂਗਾ, ਅਸੀਂ ਤੁਹਾਡੇ ਨਾਲ ਬੈਠ ਕੇ ਕੁਝ ਸਿੱਖ ਲਵਾਂਗੀਆਂ। ਰੰਜੂ ਨੇ ਜਵਾਬ ਦਿੱਤਾ। ਮੈਂ ਕੁਝ ਸੋਚ ਕੇ ਕਿਹਾ, ਅੱਜ ਅਖਬਾਰ ਨਹੀਂ ਨਿਕਲੇਗਾ ਕਿਉਂਕਿ ਟ੍ਰੈਕਿੰਗ ਤੋਂ ਬਿਨਾਂ ਅਸੀਂ ਕੋਈ ਖਾਸ ਖਬਰ ਨਹੀਂ ਹੈ ਇਸ ਵਿੱਚ, ਇਹ ਕੱਲ੍ਹ ਵਾਲੇ ਵਿੱਚ ਲਾ ਲਵਾਂਗੇ। ਮੇਰੀ ਇਸ ਦਲੀਲ ਨਾਲ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਮੇਰੇ ਇਸ ਫੈਸਲੇ ਨਾਲ ਅੱਜ ਅਖਬਾਰ ਦਾ ਦਫ਼ਤਰ ਬੰਦ ਰਿਹਾ। ਨਹੀਂ, ਕੁੜੀਆਂ ਨੂੰ ਥੋੜ੍ਹਾ ਟਾਈਮ ਮਿਲਿਆ, ਉਹਨਾਂ ਨੂੰ ਥੋੜ੍ਹਾ ਰੈਸਟ ਮਿਲ ਗਿਆ। ਹੁਣ ਪੂਛਲ ਟੋਟਾ ਹੈਡਿੰਗ ਹੈ, ਇਹਦਾ ਮਤਲਬ ਆਖਿਰ ਥੋੜ੍ਹੀ ਜਿਹੀਆਂ ਗੱਲਾਂ। ਰਾਤੀ ਸੌਣ ਸਮੇਂ ਸਾਰੇ ਦਿਨ ਦੀ ਟ੍ਰੈਕਿੰਗ 'ਤੇ ਤਸਬਰਾ ਦਾ ਮਤਲਬ ਹੈ ਇੱਥੇ ਪੁਨਰਵਿਚਾਰ, ਟਿੱਪਣੀ, ਡਿਸਕਸ਼ਨ ਕਰਦੇ ਹਾਂ। ਤਸਬਰਾ ਕਰਦਿਆਂ ਮਨਜੀਤ ਨੇ ਦੱਸਿਆ, ਮਨਾਲੀ ਦੇ ਨੇੜੇ ਆ ਕੇ ਜਿੱਥੇ ਤਿੱਬਤੀਆਂ ਦੀ ਰਿਹਾਇਸ਼ ਹੈ ਨਾ, ਉੱਥੇ ਇੱਕ ਵਿਆਹ ਹੋ ਰਿਹਾ ਸੀ। ਯਾਨੀ ਇਹ ਹੁਣ ਪਿਛਲੀ ਗੱਲ ਦੱਸ ਰਹੀ ਹੈ ਮਨਜੀਤ। ਸਾਡੇ ਗਰੁੱਪ ਦੀਆਂ ਕੁੜੀਆਂ ਮਿਊਜ਼ਿਕ ਵੱਜਦਾ ਸੁਣ ਕੇ ਵੇਖਣ ਲੱਗ ਪਈਆਂ। ਤਿੱਬਤੀ ਕੁੜੀ ਨੂੰ ਉਹਨਾਂ ਨੇ ਅੰਦਰ ਬੁਲਾ ਲਿਆ, ਤਿੱਬਤੀ ਕੁੜੀਆਂ ਨੇ ਉਹਨਾਂ ਸਾਡੀਆਂ ਟ੍ਰੈਕਿੰਗ ਵਾਲੀ ਕੁੜੀ ਨੂੰ ਅੰਦਰ ਬੁਲਾ ਲਿਆ ਅਤੇ ਮੈਂ ਜਾਣ ਦੀ ਇਜਾਜ਼ਤ ਦੇ ਦਿੱਤੀ। ਅੰਮ੍ਰਿਤਸਰ ਸੰਗਰੂਰ ਵਾਲੀਆਂ ਕੁੜੀਆਂ ਨੇ ਵਿਆਹ ਵਾਲੀ ਕੁੜੀ ਨੂੰ ਨਾਲ ਲੈ ਕੇ ਗਿੱਧਾ ਪਾਉਣਾ ਸ਼ੁਰੂ ਕਰ ਦਿੱਤਾ। ਬਸ ਫਿਰ ਕੀ ਸੀ, ਸਾਰਾ ਆਲਮ ਝੂਮ ਉੱਠਿਆ। ਵੀਨਾ ਰਾਣੀ ਨੇ ਬੋਲੀ ਪਾ ਦਿੱਤੀ, ਮੈਨੂੰ ਵਿਆਹ ਦੇ ਅੰਮੀ ਹੈ ਨਹੀਂ, ਮੈਂ ਕੋਠੇ ਜਿੱਡੀ ਹੋਈ। ਇਸ ਬੋਲੀ 'ਤੇ ਵਿਆਂਦਰ ਕੁੜੀ ਵੀ ਖੂਬ ਨੱਚੀ। ਫਿਰ ਉਹਨਾਂ ਨੇ ਸਾਰੇ ਨੂੰ ਫਲਾਂ ਦਾ ਰਸ ਭੇਂਟ ਕੀਤਾ। ਇਸ ਤਰ੍ਹਾਂ ਉਸ ਉਹਨਾਂ ਅਜਨਬੀ ਟ੍ਰੈਕਰਸ ਕੁੜੀਆਂ ਦਾ ਉਹਨਾਂ ਨੇ ਜੀ ਆਇਆਂ ਕੀਤਾ, ਉਹਨਾਂ ਨੂੰ ਆਪਣੇ ਵਿਆਹ ਵਿੱਚ ਸ਼ਾਮਿਲ ਕੀਤਾ। ਉਹ ਨੱਚ ਕੇ ਆਈਆਂ ਅਤੇ ਫਿਰ ਉਹਨਾਂ ਨੂੰ ਫਲਾਂ ਦਾ ਰਸ ਪਿਆ। ਫਿਰ ਆਖਿਰ 'ਚ ਲਿਖਿਆ, ਹੁਣ ਉਹ ਹੱਸ ਦੀ ਗੱਲ, ਤਿੱਬਤੀਆਂ ਦੀ ਕੁੜੀ ਕਿਵੇਂ ਹੋਜੂ ਕੋਠੇ ਜਿੱਡੀ? ਦੋ ਦੋ ਫੁੱਟ ਦੇਣ ਦੇ ਕੱਦ ਨੇ, ਯਾਨੀ ਤਿੱਬਤੀ ਲੋਕ ਬੜੇ ਛੋਟੇ ਕੱਦ ਦੇ, ਕੋਠੇ ਜਿੰਨੇ ਕਿੰਨੇ ਹੋ ਜਾਣਗੇ? ਗੁਰਦਰਸ਼ਨ ਨੇ ਉਹਨਾਂ ਦੀ ਗੱਲ ਟੋਕੀ, ਜਿੱਡੇ ਜਿੱਡੇ ਉਹਨਾਂ ਦੇ ਕੋਠੇ ਨੇ ਉਸ ਮੁਤਾਬਕ ਤਾਂ ਠੀਕ ਹੈ, ਯਾਨੀ ਉਹਨਾਂ ਦੇ ਕੋਠੇ ਵੀ ਤਾਂ ਛੋਟੇ ਹੀ ਨੇ, ਤਿੱਬਤੀਆਂ ਦੇ ਕੱਦ ਛੋਟੇ ਨੇ ਅਤੇ ਕੋਠੇ ਵੀ ਛੋਟੇ ਨੇ। ਮੈਂ ਇਸ ਦਲੀਲ ਨਾਲ ਗੱਲ ਖਤਮ ਕਰਕੇ ਆਪਣੀ ਰਜਾਈ ਦੱਬ ਲਈ, ਯਾਨੀ ਉਹ ਸੌਣ ਲਈ ਤਿਆਰ ਹੋ ਗਿਆ। ਇਸ ਤਰ੍ਹਾਂ ਅਸੀਂ ਦੇਖਿਆ ਵੀ ਇਸ ਲੇਖ ਵਿੱਚ ਜੋ ਪ੍ਰੀਤਮ ਰੂਪਾਲ ਹੈ ਨਾ, ਉਹ ਟ੍ਰੈਕਿੰਗ ਬਾਰੇ ਆਪਣੇ ਅਨੁਭਵ ਸਾਂਝੇ ਕਰ ਰਿਹਾ ਹੈ। ਟ੍ਰੈਕਿੰਗ ਗਰੁੱਪ ਦੀਆਂ ਜਿਹੜੀ ਕੁੜੀਆਂ ਨੇ, ਹਿੰਮਤੀ ਨੇ, ਉਹਨਾਂ ਦਾ ਵਿਹਾਰ, ਉਹਨਾਂ ਦਾ ਵਿਵਹਾਰ, ਮੌਸਮ ਬਹੁਤ ਨਵੇਂ ਢੰਗ ਨਾਲ, ਬੜੇ ਰੋਚਕ ਢੰਗ ਨਾਲ, ਬੜੀਆਂ ਛੋਟੀਆਂ ਛੋਟੀਆਂ ਜਾਣਕਾਰੀਆਂ ਜਿਹੜੀਆਂ ਕਿ ਆਮ ਤੌਰ 'ਤੇ ਕੋਈ ਮਾਇਨੇ ਨਹੀਂ ਰੱਖਦੀਆਂ, ਇਹਨਾਂ ਛੋਟੀਆਂ ਛੋਟੀਆਂ ਗੱਲਾਂ ਤੋਂ ਉਸਨੇ ਇਸ ਲੇਖ ਨੂੰ ਪ੍ਰੀਤਮ ਰੂਪਾਲ ਨੇ ਬੜਾ ਰੋਚਕ ਬਣਾ ਦਿੱਤਾ ਹੈ। ਟ੍ਰੈਕਿੰਗ ਦੇ ਇਲਾਕੇ ਵਿੱਚ ਆਉਣ ਵਾਲੀਆਂ ਇਮਾਰਤਾਂ, ਜੰਗਲ, ਕੁਦਰਤੀ ਨਜ਼ਾਰਿਆਂ, ਘਾਟੀਆਂ ਅਤੇ ਲੋਕਾਂ ਬਾਰੇ ਵੀ ਚੰਗੀ ਜਾਣਕਾਰੀ ਦਿੱਤੀ ਹੈ। ਗਰੁੱਪ ਕਮਾਂਡਰ ਦੇ ਆਦੇਸ਼ ਨੂੰ ਮੰਨਣ ਬਾਰੇ ਦੱਸ ਕੇ ਲੇਖਕ ਨੇ ਸੁਨੇਹਾ ਵੀ ਦਿੱਤਾ ਹੈ, ਭਾਵੇਂ ਬਾਅਦ ਵਿੱਚ ਆਪਣੇ ਆਦੇਸ਼ ਦੀ ਸਖਤੀ ਨੂੰ ਮਹਿਸੂਸ ਕਰਕੇ ਅਖਬਾਰ ਕੱਢਣ ਵਾਲੇ ਗਰੁੱਪ ਨਾਲ ਨਿਮਰਤਾ ਵੀ ਦਿਖਾਉਂਦਾ ਹੈ। ਇਸ ਘਟਨਾ ਤੋਂ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਬਾਰੇ ਵੀ ਪਤਾ ਲੱਗਦਾ ਹੈ ਕਿ ਅਨੁਭਵੀ ਦੇ ਸਾਥ ਤੋਂ ਸਾਨੂੰ ਬਹੁਤ ਤਜਰਬਾ ਮਿਲਦਾ ਹੈ। ਪ੍ਰਸ਼ਨ ਉੱਠਦੇ ਹੁਣ ਇੱਥੇ
ਕਾਫਲਾ ਕਿਹੜੇ ਰੰਗ ਦੇ ਪੱਥਰਾਂ ਵਿੱਚੋਂ ਲੰਘ ਰਿਹਾ ਸੀ? ਇੱਥੇ ਲਿਖਿਆ ਸਲੇਟੀ ਰੰਗ ਦੇ ਪੱਥਰਾਂ ਵਿੱਚੋਂ ਲੰਘ ਰਿਹਾ ਸੀ। ਕੁਐਸਚਨ ਹੈ ਟਰੈਕਿੰਗ ਵਿੱਚ ਕਿਹੜੇ ਕਿਹੜੇ ਜ਼ਿਲ੍ਹੇ ਤੋਂ ਕੁੜੀਆਂ ਆਈਆਂ ਸੀ? ਅਤੇ ਇਹ ਪੇਜ ਨੰਬਰ 62 'ਤੇ ਲਿਖਿਆ ਹੋਇਆ ਹੈ ਲੁਧਿਆਣੇ ਅਤੇ ਬਠਿੰਡੇ ਤੋਂ, ਜ਼ਿਆਦਾਤਰ ਕੁੜੀਆਂ ਲੁਧਿਆਣੇ ਅਤੇ ਬਠਿੰਡੇ ਤੋਂ ਆਈਆਂ ਹੋਈਆਂ ਸੀ। ਫਿਰ ਅੱਗੇ ਅਗਲਾ ਕੁਐਸਚਨ ਹੈ ਲੇਖਕ ਨੂੰ ਆਪਣੀ ਕਿਹੜੀ ਟਰੈਕਿੰਗ ਚੇਤੇ ਆ ਗਈ? ਇੱਥੇ ਲਿਖਿਆ ਉਸ ਨੂੰ ਆਪਣੀ ਨੈਸ਼ਨਲ, ਪੇਜ ਨੰਬਰ 62 'ਤੇ ਫੋਟੋ 'ਤੇ ਉੱਪਰਲੀ ਲਾਈਨ ਹੈ, ਉਸ ਨੂੰ ਆਪਣੀ ਨੈਸ਼ਨਲ ਹਿਮਾਲਿਅਨ ਟਰੈਕਿੰਗ ਐਕਸਪੀਡੀਸ਼ਨ ਦੀ ਯਾਦ ਆ ਗਈ ਜਦੋਂ ਉਹ ਟਰੈਕਿੰਗ ਕਰਦੇ ਕਰਦੇ 4 ਦਿਨ ਅਤੇ 3 ਰਾਤਾਂ ਬਰਫ਼ ਵਿੱਚ ਗਵਾਚ ਗਏ ਸਨ। ਖਾਣ ਪੀਣ ਦਾ ਸਮਾਨ ਖਤਮ ਹੋ ਗਿਆ ਸੀ, ਬਰਫ਼ ਵਿੱਚ ਚੀਨੀ ਮਿਲਾ ਕੇ ਉਹਨੇ ਖਾ ਕੇ ਉਹ ਦਿਨ ਕੱਟੇ। ਪਹਾੜੀ ਮੋੜ 'ਤੇ ਆ ਕੇ ਮੌਸਮ ਕਿਹੋ ਜਿਹਾ ਹੋ ਗਿਆ ਸੀ? ਮੌਸਮ ਬੜਾ ਠੰਡਾ ਹੋ ਗਿਆ ਸੀ, ਕਣੀਆਂ ਪੈਣੀਆਂ ਸ਼ੁਰੂ ਹੋ ਗਈਆਂ ਸੀ ਔਰ ਫਿਰ ਥੋੜ੍ਹੀ ਦੇਰ ਬਾਅਦ ਬਰਫ਼ ਦੇ ਛੋਟੇ ਛੋਟੇ ਗੋੜਿਆਂ ਦੇ ਰੂਪ ਵਿੱਚ ਬਰਫ਼ ਡਿੱਗਣੀ ਸ਼ੁਰੂ ਹੋ ਗਈ ਸੀ ਔਰ ਕੁੜੀਆਂ ਨੂੰ ਠੰਡ ਲੱਗ ਰਹੀ ਸੀ। ਕੁੜੀਆਂ ਕਿਸ ਨੂੰ ਦੇਖ ਕੇ ਹੱਸੀਆਂ? ਕੁੜੀਆਂ ਤਿੱਬਤੀ ਜਨਾਨੀਆਂ ਵਿੱਚ ਇੱਕ ਨਵੀਂ ਵਿਆਹਦੜ ਨੂੰ, ਯਾਨੀ ਨਵੀਂ ਵਿਆਹੀ ਕੁੜੀ ਨੂੰ ਦੇਖ ਕੇ ਹੱਸੀਆਂ। ਅਤੇ ਅੱਗੋਂ ਉਹਨਾਂ ਨੇ ਕੀ ਉਹ ਉਸਦੀ ਗੁੱਤ ਲੰਬੀ ਔਰ ਰੰਗ ਬਿਰੰਗੀ ਪਰਾਂਦੇ ਵਾਲੀ ਗੁੱਤ ਦੇਖ ਕੇ ਹੱਸ ਰਿਹਾ ਸੀ। ਅੱਗੋਂ ਉਹਨਾਂ ਨੂੰ ਇਹ ਜਵਾਬ ਮਿਲਿਆ ਕਿ ਤੁਸੀਂ ਗੁੱਤ ਭਾਲਦੀ ਹੋ, ਤੁਹਾਡੇ ਤਾਂ ਵਾਲ ਹੀ ਨਹੀਂ ਹੈ। ਇਸ ਤਰ੍ਹਾਂ ਦੀ ਗੱਲ ਉਸਨੂੰ ਸੁਣਨ ਨੂੰ ਮਿਲੀ। ਸੈਲਾਂਗ ਵਾਦੀ ਵਿਖੇ ਪੁਰਾਣੀ ਇਮਾਰਤ ਕਿਸ ਕਿਸ ਮਹਿਕਮੇ ਡਿਪਾਰਟਮੈਂਟ ਦੀਆਂ ਸਰਗਰਮੀਆਂ ਦਾ ਕੇਂਦਰ ਬਣ ਚੁੱਕੀ? ਇੱਥੇ ਲਿਖਿਆ ਹੋਇਆ ਬਈ ਇਹ ਹਿਮਾਚਲ ਸੈਰ ਸਪਾਟਾ ਮਹਿਕਮਾ ਔਰ ਹਿਮਾਲਿਅਨ ਪਰਬਤ ਆਰੋਹਣ ਸੰਸਥਾ। ਪੇਜ 64 'ਤੇ ਉੱਪਰੋਂ 8ਵੀਂ 9ਵੀਂ ਲਾਈਨ ਹੈ, ਪੇਜ 64 'ਤੇ ਉੱਪਰੋਂ 8ਵੀਂ 9ਵੀਂ ਲਾਈਨ ਹੈ ਵੀ ਹਿਮਾਚਲ ਸੈਰ ਸਪਾਟਾ ਮਹਿਕਮਾ ਨੇ ਡਿਪਾਰਟਮੈਂਟ ਔਰ ਹਿਮਾਲਿਅਨ ਪਰਬਤ ਆਰੋਹਣ ਸੰਸਥਾ ਨੇ ਹਿਮਾਲਿਅਨ ਮਾਊਂਟੇਨ ਟਰੈਕਿੰਗ ਐਸੋਸੀਏਸ਼ਨ, ਇਸ ਦੀਆਂ ਸਰਗਰਮੀਆਂ ਦਾ ਕੇਂਦਰ ਬਣ ਗਈ ਹੈ। ਉਸ ਤੋਂ ਬਾਅਦ ਲਿਖਿਆ ਟਰੈਕਿੰਗ ਵਾਲੇ ਗਰੁੱਪ ਨੂੰ ਭੋਜਨ ਦੇਣ ਕੌਣ ਕੌਣ ਆਏ, ਕੌਣ ਅਤੇ ਕਿੱਥੇ ਹੈ? ਇੱਥੇ ਲਿਖਿਆ ਹੋਇਆ ਤੁਹਾਨੂੰ ਹੁਣੀ ਦੱਸਿਆ ਸੀ, ਸਮਾਘ ਅਤੇ ਗਰਗ ਸਾਹਿਬ ਸੈਲਾਂਗ ਵਾਦੀ ਵਿੱਚ ਟਰੈਕਰਾਂ ਲਈ ਗਰਮ ਖਾਣਾ ਲੈ ਕੇ ਪਹੁੰਚੇ। ਕੌਣ ਆਏ? ਸਮਾਘ ਅਤੇ ਗਰਗ ਸਾਹਿਬ। ਪੇਜ 64 'ਤੇ ਤੀਸਰੇ ਪੈਰੇ ਦੀ ਪਹਿਲੀ ਲਾਈਨ, ਸਮਾਘ ਅਤੇ ਗਰਗ ਸਾਹਿਬ ਸੈਲਾਂਗ ਵਾਦੀ ਵਿੱਚ ਸੜਕ ਦੇ ਰਾਹ 'ਤੇ ਟਰੱਕ ਰਾਹੀਂ ਦੁਪਹਿਰ ਦਾ ਗਰਮ ਗਰਮ ਭੋਜਨ ਲੈ ਕੇ ਆਏ। ਸੈਲਾਂਗ ਵਿੱਚ ਦਸੰਬਰ ਮਹੀਨੇ ਕੌਣ ਅਤੇ ਕਿਹੜੇ ਕੋਰਸ ਕਰਾਉਂਦੇ ਨੇ? ਇੱਥੇ ਅਸੀਂ ਦੇਖਿਆ ਵੀ ਇੱਥੇ ਡਬਲਿਊ ਪੇਜ ਨੰਬਰ 64 'ਤੇ ਥੱਲੋਂ 6ਵੀਂ ਲਾਈਨ, ਪੇਜ 64 'ਤੇ ਥੱਲੋਂ 6ਵੀਂ ਲਾਈਨ ਵੀ ਇੱਥੇ WHMI ਵੱਲੋਂ, ਇਹ ਇੱਕ FM ਸੰਸਥਾ ਹੈਗੀ ਹੈ, ਇਸ ਵੱਲੋਂ ਦਸੰਬਰ ਵਿੱਚ ਇੱਕ ਸਕੀਇੰਗ ਕੋਰਸ ਕਰਾਇਆ ਜਾਂਦਾ ਹੈ। ਫਿਰ ਅਸੀਂ ਦੇਖਿਆ ਲਾਹੌਰ ਸਪੀਤੀ ਵਾਦੀ ਤੋਂ ਲੇਹ ਵੱਲ ਜਾਣ ਵਾਲੀ ਜਾਣੀ ਲੇਖਕ ਕਿਹੜੀ ਮੁੱਖ ਸੜਕ ਤੋਂ ਗਿਆ? ਇੱਥੇ ਇਸਦਾ ਉੱਤਰ ਹੈ ਮਨਾਲੀ ਤੋਂ ਕੇਲਾਂਗ ਵਾਲੀ ਮੁੱਖ ਸੜਕ 'ਤੇ, ਮਨਾਲੀ ਤੋਂ ਕੇਲਾਂਗ ਵਾਲੀ ਮੁੱਖ ਸੜਕ 'ਤੇ ਜਾ ਰਹੇ ਸੀ, ਜੋ ਸੜਕ ਰੋਹਤਾਂਗ ਦਰੇ ਤੋਂ ਪਾਰ ਲਾਹੌਰ ਸਪੀਤੀ ਨੂੰ ਜਾਂਦੀ ਹੈ। ਮਨਾਲੀ ਤੋਂ ਕੇਲਾਂਗ ਵਾਲੀ ਮੁੱਖ ਸੜਕ 'ਤੇ ਜਾ ਰਹੇ ਸਨ ਜੋ ਰੋਹਤਾਂਗ ਦਰੇ ਤੋਂ ਪਾਰ ਲਾਹੌਰ ਸਪੀਤੀ ਵੱਲ ਨੂੰ ਜਾਂਦੀ ਹੈ। ਇਹ 10ਵਾਂ ਕੁਐਸਚਨ ਸੀ। ਉਸ ਤੋਂ ਬਾਅਦ ਇਸ ਪਾਠ ਦਾ ਸਾਰ ਵੀ ਲਿਖ ਸਕਦੇ ਹਾਂ ਤੁਸੀਂ ਆਪਣੇ ਕਿਸੇ ਪਹਾੜੀ ਸਥਾਨ ਦੀ ਯਾਤਰਾ ਬਾਰੇ ਵੀ, ਪਰ ਇਹ ਪੇਪਰ 'ਚ ਨਹੀਂ ਆਏਗਾ। ਫਿਰ ਇੱਥੇ ਹੋਰ ਵੀ ਗੱਲਾਂ ਨੇ ਪਰ ਉਹ ਤੁਹਾਡੇ ਪ੍ਰਸ਼ਨਾਂ ਉੱਤਰਾਂ ਵਿੱਚ ਨਹੀਂ ਆਉਣਗੀਆਂ, ਇਸ ਕਰਕੇ ਆਪਣੇ ਪਾਠ ਦੀ ਸਮਾਪਤੀ ਅਸੀਂ ਇੱਥੇ ਹੀ ਕਰਦੇ ਹਾਂ। ਇਸ ਬਾਰੇ ਜੇ ਆਪ ਜੀ ਨੂੰ ਹੋਰ ਕੁਝ ਜਾਣਕਾਰੀ ਹੋਵੇ, ਆਪਣੀ ਕੋਈ ਫੋਟੋ ਐਕਸਪੀਡੀਸ਼ਨ ਬਾਰੇ ਸ਼ੇਅਰ ਕਰਨਾ ਚਾਹੁੰਦੇ, ਕੋਈ ਹੋਰ ਗੱਲ ਜਿਹੜੀ ਹੈ ਨਾ ਉਹ ਕਰਨਾ ਚਾਹੁੰਦੇ, ਤਾਂ ਜ਼ਰੂਰ ਕਮੈਂਟ ਬਾਕਸ ਵਿੱਚ ਸ਼ੇਅਰ ਕਰੋ। ਬੈੱਲ ਆਈਕਨ ਨੂੰ ਜ਼ਰੂਰ ਦਬਾਓ, ਇਸ ਵੀਡੀਓ ਨੂੰ ਆਪਣੇ ਸਾਥੀਆਂ ਨਾਲ ਜ਼ਰੂਰ ਸ਼ੇਅਰ ਕਰੋ, ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਪੰਜਾਬੀ ਮਾਂ ਬੋਲੀ ਯਾਤਰਾ ਵਿੱਚ ਸਾਡੇ ਨਾਲ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਵੀਆਂ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈੱਲ ਆਈਕੋਨ ਦੇ ਬਟਨ ਨੂੰ ਦਬਾਓ। ਜੇਕਰ ਇਹ ਵੀਡੀਓ ਆਪ ਨੂੰ ਪਸੰਦ ਆਏ ਤਾਂ ਲਾਈਕ ਕਰੋ ਅਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ।